ਕਬੀਰ ਰੋੜਾ ਹੋਏ ਰਹੁ ਬਾਟਕਾ ਤਜ ਮਨ ਕਾ ਅਭਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ ਕਬੀਰ ਰੋੜਾ ਹੋਏ ਰਹੁ ਬਾਟਕਾ ਤਜ ਮਨ ਕਾ ਅਭਮਾਨ ऐसा कोई दास होए ताहे मिले भगवान कबीर रोड़ा हुआ ता क्या भय पंथी को दुख दे ऐसा तेरा दास है ज्यों तरणी मैं खे कबीर खे हुई तौ क्या भय ਜੋ ਉੱਡ ਲਗੇ ਅੰਗ ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ ਕਬੀਰ ਪਾਣੀ ਹੂਆ ਤਾਂ ਕਿਆ ਭਇਆ ਸਿਰ ਤਤ ਹੋਏ ਹਰ ਜਨ ਐਸਾ ਚਾਹੀਏ ਜੈ ਸਹਰ ਹੀ ਹੋਏ ਊਚ ਭਵਨ ਕਨ ਕਾਮਣੀ ਸਿਖਰ ਤਜਾ ਫਹਿਰਾਏ ਤਾਂ ਤੇ ਭਲੀ ਮਧੂ ਕਰੀ ਸੰਤ ਸੰਗ ਗੁਨ ਗਾਏ ਉਚ ਪਵਨ ਕਨ ਕਾਮਨੀ ਸਿਖਰ ਤਜਾ ਫਹਿਰਾਏ ਤਾਂ ਤੇ ਭਲੀ ਮਧੂ ਕਰੀ ਸੰਤ ਸੰਗ ਗੁਨ ਗਾਏ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਹਾਜ਼ਰਾ ਹਜੂਰ ਜਾਰਾ ਜਹੂਰ ਬਾਣੀ ਦੇ ਬੋਤ ਨਾਮ ਦੇ ਜਹਾਜ ਦੀਨ ਦੁਨੀਆ ਦੇ ਸੱਚੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਓ ਜੀ ਬਾਪੂ ਜੀ ਨੂੰ ਹਾਜ਼ਰ ਨਾਜ਼ਰ ਜਾਂਦੇ ਆ ਅਸੀਸ ਸੁਣਾਈਏ ਤੇ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਅਸੀਸ ਬਖਸ਼ੀ ਹੈ ਫਤਿਹ ਦੇ ਰੂਪ ਵਿੱਚ ਉਹਦੇ ਨਾਲ ਸਾਂਝ ਪਾਈਏ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਭਗਤ ਕਬੀਰ ਸਾਹਿਬ ਜੀ ਜਿਨ੍ਹਾਂ ਦੀ ਪਾਵਨ ਰਚਨਾ ਬਾਬਾ ਜੀ ਦੀ ਪਾਵਨ ਬਾਣੀ ਜੋ ਸ਼ਲੋਕਾਂ ਦੇ ਰੂਪ ਦੇ ਵਿੱਚ ਅਸੀਂ ਵਿਚਾਰ ਰਹੇ ਹਾਂ ਜਿਹਦੀ ਵਿਚਾਰ ਅੱਜ 146 ਨੰਬਰ ਸ਼ਲੋਕ ਤੋਂ ਲੈ ਕੇ 150 ਨੰਬਰ ਸ਼ਲੋਕਾਂ ਤੱਕ ਆਪਾਂ ਕਰਨੀ ਹੈ ਪੰਜ ਸ਼ਲੋਕਾਂ ਦੀ ਵਿਚਾਰ ਤੇ ਇਹ ਵੀਡੀਓ ਨੰਬਰ 30 ਹੈ ਜਿਹਦੀ ਆਪਾਂ ਵਿਚਾਰ ਕਰ ਰਹੇ ਹਾਂ ਭਗਤ ਕਬੀਰ ਸਾਹਿਬ ਨੇ ਇਨ੍ਹਾਂ ਪੰਜ ਸਲੋਕਾਂ ਦੇ ਵਿੱਚੋਂ ਜਿਹੜੇ ਚਾਰ ਸਲੋਕ ਨੇ ਉਹਨਾਂ ਦੇ ਵਿੱਚ ਭਗਤ ਦੀ ਗੱਲ ਕੀਤੀ ਹੈ ਪੰਜਵੇਂ ਸਲੋਕ ਦੇ ਵਿੱਚ ਸ਼ਾਨੋ ਸ਼ੌਕਤ ਨਾਲ ਜੁੜੇ ਹੋਏ ਬੰਦੇ ਦੀ ਗੱਲ ਕਰਦੇ ਨੇ ਜਿਹੜਾ ਪਰਮਾਤਮਾ ਤੋਂ ਟੁੱਟਾ ਹੈ ਭਗਤ ਕੌਣ ਹੈ ਇਹਦੀਆਂ ਬਹੁਤ ਸਾਰੀਆਂ ਡੈਫੀਨੇਸ਼ਨਾਂ ਨੇ ਦੁਨੀਆ ਦੇ ਵਿੱਚ ਗੱਲ ਦੇ ਵਿੱਚ ਮਾਲਾ ਪਾਉਣੀਆਂ ਸਿਰ ਦੇ ਉੱਤੇ ਮਾਲਾ ਪਾਉਣੀਆਂ ਤਿਲਕ ਲਾਉਣਾ ਜਾਂ ਸੁਆਹ ਮਾਲ ਲੈਣੀ ਗੇਰੂਏ ਰੰਗ ਦੇ ਕੱਪੜੇ ਪਾ ਲੈਣੇ ਭਗਵੇ ਰੰਗ ਦੇ ਬਾਣਾ ਪਾ ਕੇ ਜਾਂ ਪੁੱਠੀਆਂ ਸੱਧੀਆਂ ਸਮਾਧੀਆਂ ਲਗਾ ਕੇ ਜਾਂ ਵੱਖ ਤਰੀਕੇ ਦੇ ਨਾਲ ਜੜਾਵਾਂ ਤਿਆਰ ਕਰਕੇ ਦੁਨੀਆਂ ਨੂੰ ਭੰਬਲ ਪੂਸੇ ਵਿੱਚ ਪਾਉਣ ਦਾ ਨਾਮ ਹੀ ਭਗਤ ਮੰਨਿਆ ਜਾਂਦਾ ਕੋਈ ਨਾਂਗਾ ਸਾਧੂ ਬਣ ਗਿਆ ਕਿ ਜਿਨੇ ਕੱਪੜੇ ਉਤਾਰ ਦਿੱਤੇ ਜਿਹਨੂੰ ਕੱਪੜੇ ਪਾਉਣ ਦਾ ਚੱਜ ਨਹੀਂ ਉਹ ਵੀ ਆਪਣੇ ਆਪ ਨੂੰ ਭਗਤ ਅਖਵਾਉਂਦਾ ਹੈ ਲਿਕਨ ਬਾਬਾ ਜੀ ਨੇ ਆਪਣੀ ਪਾਣ ਬਾਣੀ ਵਿੱਚ ਜਦੋਂ ਭਗਤ ਦੀ ਡੈਫੀਨੇਸ਼ਨ ਦਿੱਤੀ ਤਾਂ ਬੜੀ ਕਮਾਲ ਦੀ ਦਿੱਤੀ। ਵੈਸੇ ਤਾਂ ਜਦੋਂ ਆਪਾਂ ਸੁਖਮਨੀ ਸਾਹਿਬ ਪੜ੍ਹਦੇ ਹਾਂ ਤਾਂ ਸੁਖਮਨੀ ਸਾਹਿਬ ਦੀ ਪਾਣ ਬਾਣੀ ਵਿੱਚ ਆਉਂਦਾ ਹੈ ਕਿ ਭਗਤ ਉਹ ਹੀ ਹੈ ਜਿਹੜਾ ਪ੍ਰਮਾਤਮਾ ਨੂੰ ਪਿਆਰ ਕਰਦਾ ਹੈ। ਸੁਖਮਨੀ ਸਾਹਿਬ ਦਾ ਮਤਲਬ ਕੀ ਹੈ? ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਣਾ ਕੈ ਮਨ ਵਿਸ਼ਰਾਮ। ਸੁਖ ਦੇਣ ਵਾਲਾ ਆਤਮਿਕ ਆਨੰਦ ਦੇਣ ਵਾਲਾ ਪ੍ਰਮਾਤਮਾ ਦਾ ਨਾਮ ਹੈ। ਇਹ ਵਸਦਾ ਹੈ ਭਗਤ ਜਣਾ ਦੇ ਮਨ ਵਿੱਚ। ਹੁਣ ਜਦੋਂ ਇੱਥੇ ਭਗਤ ਦੀ ਗੱਲ ਆਉਂਦੀ ਹੈ ਤੇ ਨੇਚਰਲੀ ਗੱਲ ਹੈ ਕਿ ਮਨ ਵਿੱਚ ਖਿਆਲ ਆਏਗਾ ਕਿ ਇੰਨੀ ਉੱਚੀ ਤੇ ਆਤਮਿਕ ਅਵਸਥਾ ਦਾ ਇਨਸਾਨ ਬੰਨਾ ਮਾਲਕ ਬੰਨਾ ਬੜੀ ਵੱਡੀ ਗੱਲ ਹੈ ਉਹ ਹੈ ਕੌਣ ਅਸਲ ਵਿੱਚ ਤੇ ਉਹਦਾ ਜੀਵਨ ਕਿਦਾਂ ਦਾ ਹੁੰਦਾ ਬਸ ਆਹੀ ਵਿਚਾਰ ਅੱਜ ਦੀ ਇਸ ਵੀਡੀਓ ਦੇ ਵਿੱਚ ਹੈ ਭਗਤ ਕੌਣ ਹੈ ਤੇ ਉਹਦਾ ਜੀਵਨ ਕਿਦਾਂ ਦਾ ਹੁੰਦਾ ਹੈ ਬਸ ਇਹ ਵਿਚਾਰ ਅੱਜ ਦੀ ਵੀਡੀਓ ਵਿੱਚ ਹੈ ਜਿਹੜੀ ਕਿ ਬਹੁਤ ਖਾਸ ਹੈ ਔਰ ਇਹ ਵਿਚਾਰ ਦੇ ਰਾਹੀਂ ਤੁਸੀਂ ਆਪਣੇ ਆਪ ਨੂੰ ਸੰਤ ਬਾਬੇ ਸਾਧ ਜਾਂ ਅਖੌਤੀ ਭਗਤ ਅਖਵਾਉਣ ਵਾਲਿਆਂ ਤੋਂ ਬਚ ਜਾਓਗੇ ਜਿਹੜੇ ਦੇਖੋ ਜੇ ਦੁਨੀਆ ਨੂੰ ਅਜ ਨਸ਼ੇ ਦੇ ਵਿੱਚ ਲਾ ਰਹੇ ਨੇ ਉਹ ਵੀ ਆਪਣੇ ਆਪ ਨੂੰ ਭਗਤ ਅਖਵਾਉਂਦੇ ਮਸਤਕ ਹੁੰਦੇ ਐ ਸਾਧਕ ਹੁੰਦੇ ਐ ਸ਼ਾਨੋ ਸ਼ੌਕਤ ਨਾਲ ਜਿਉਣ ਵਾਲੇ ਦੁਨੀਆ ਨੂੰ ਭੰਬਲ ਪੂਸਿਆਂ 'ਚ ਪਾਉਣ ਵਾਲੇ ਲੋਕ ਆਪਣੇ ਆਪ ਨੂੰ ਰੱਬ ਸਾਧ ਸੰਤ ਤੇ ਬਾਬੇ ਬ੍ਰਹਮ ਗਿਆਨੀ ਅਖਵਾ ਰਹੇ ਪਰ ਗੁਰਬਾਣੀ ਕੀ ਕਹਿੰਦੀ ਹੈ ਦੇ ਉੱਤੇ ਉਸ ਚੀਜ਼ ਦੀ ਵਿਚਾਰ ਹੈ ਅੱਜ ਦੀ ਹੁਣ ਕਬੀਰ ਸਾਹਿਬ ਨੇ ਜਿਹੜੀਆਂ ਗੱਲਾਂ ਇਨ੍ਹਾਂ ਸ਼ਲੋਕਾਂ ਵਿੱਚ ਕਈਆਂ ਪਹਿਲਾਂ ਤਾਂ ਮੈਂ ਥੋੜਾ ਜਿਹਾ ਤੁਹਾਨੂੰ ਖੋਲ ਕੇ ਦੱਸ ਦਵਾਂ ਗੁਰਬਾਣੀ ਦੇ ਮੁਤਾਬਕ ਇੱਕ ਬਚਨ ਬੜਾ ਪਿਆਰਾ ਹੁੰਦਾ ਗੁਰਬਾਣੀ ਦਾ ਜਿਹਦੇ ਵਿੱਚ ਜਦੋਂ ਸਤਗੁਰੂ ਜੀ ਨੇ ਭਗਤ ਦੀ ਗੱਲ ਕੀਤੀ ਮੈਂ ਹੈਰਾਨ ਹੋ ਗਿਆ ਕਿ ਗੁਰਦੇਵ ਜੀ ਭਗਤ ਦੀ ਗੱਲ ਕਰਦਿਆਂ ਕਰਦੇ ਆ ਪਰਮਾਤਮਾ ਤੱਕ ਕਿੱਦਾਂ ਪਹੁੰਚ ਜਾਂਦੇ ਨੇ ਹੁਣ ਸੁਖ ਮਿਲਦਾ ਬਚਨਾਂ ਭੁੱਲਿਓ ਧਾਇ ਧਾਇ ਭਗਤਾਂ ਸੁਖ ਪਾਇਆ ਕਿੰਨਾ ਨੇ ਭਗਤਾਂ ਨੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਦਾਮ ਕੋਸ਼ੀ ਪਰੋ ਹੋਇਓ ਲਾਕੀਨਾ ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋਲਾਰਾ ਭਇਓ ਗੁਣੀ ਗਹੀਰਾ ਰਵਦਾਸ ਤੁਮਨਤਾ ਢੋਰ ਨੀਤ ਤਿਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁਤਕਾਰੀਆਂ ਉਹ ਕਰ ਕਰ ਸੁਣਿਆ ਹਿਰਦੈ ਵਸਿਆ ਆਪਾਰ ਬ੍ਰੰ ਭਗਤਾ ਮੈਂ ਗਣਿਆ ਇਹ ਬਿਦ ਸੁਣ ਕੇ ਜਟਰੋ ਉੱਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਈਆਂ ਤੰਨਾ ਵੜ ਪਗਾ ਭਗਤ ਦੀ ਗੱਲ ਕਰਦਿਆਂ ਕਰਦਿਆਂ ਗੁਸਈਆਂ ਤੇ ਆ ਗਏ ਅਸਲ ਦੇ ਵਿੱਚ ਭਗਤ ਉਹੀ ਹੈ ਜਿਹੜਾ ਰੱਬ ਨੂੰ ਮਿਲ ਗਿਆ ਜਿਹੜਾ ਰੱਬ ਹੀ ਹੋ ਗਿਆ ਪਰਮਾਤਮਾ ਹੀ ਹੋ ਗਿਆ ਵਾਹਿਗੁਰੂ ਹੀ ਹੋ ਗਿਆ ਤੇਰਾ ਕੀਤਾ ਜਤੋ ਨਾਹੀ ਮੈਨੋ ਜੋ ਕਿ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਉਈ ਤਰਸ ਪਿਆ ਮੇ ਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀ ਵਹਿਰਿਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਪਾਉਣ ਬਾਣੀ ਨੂੰ ਲਿਖਣ ਦੀ ਗੱਲ ਆਈ ਉੱਥੇ ਅਖੌਤੀ ਭਗਤ ਵੀ ਪਹੁੰਚੇ ਕਾਨਾ ਸ਼ੱਜੂ ਪੀਲੂ ਆਦਕ ਸੌ ਸੈਂਵੀ ਪਹੁੰਚਿਆ ਲੈਕਿਨ ਜਦੋਂ ਉਹਨਾਂ ਦੀਆਂ ਰਚਨਾਵਾਂ ਦੀ ਗੱਲ ਆਈ ਤਾਂ ਗੁਰੂ ਸਾਹਿਬ ਬੜਾ ਹੈਰਾਨ ਹੋ ਗਏ ਕਿ ਇਹਨਾਂ ਦੀਆਂ ਰਚਨਾਵਾਂ 'ਚ ਹੰਕਾਰ ਹੈ ਨਿਮਰਤਾ ਨਹੀਂ ਕੱਚ ਪਿਲ ਹੈ ਈਗੋ ਹੈ ਇਹ ਤਾਂ ਅਜੇ ਤੱਕ ਇਹਨਾਂ ਔਗਣਾ ਤੋਂ ਤਾਂ ਨਹੀਂ ਉੱਠੇ ਇਹਨਾਂ ਦੀਆਂ ਰਚਨਾਵਾਂ ਪੜ੍ਹ ਕੇ ਕਿਸੇ ਦਾ ਜੀਵਨ ਕਿੱਦਾਂ ਸੋਹਣਾ ਬਣ ਸਕਦਾ ਜਿਹੜਾ ਆਪ ਸਿਗਟਾਂ ਬੀੜੀਆਂ ਪੀਂਦਾ ਹੈ ਆਪ ਗੁਲਾਮ ਐ ਨਸ਼ੇ ਦਾ ਉਹ ਤੁਹਾਡਾ ਜੀਵਨ ਕਿਦਾਂ ਵਧੀਆ ਬਣਾ ਸਕਦਾ ਤੁਹਾਡੇ ਬੱਚਿਆਂ ਦਾ ਜੀਵਨ ਕਿਦਾਂ ਵਧੀਆ ਬਣਾ ਸਕਦਾ ਮੈਨੂੰ ਇਸ ਗੱਲ ਦਾ ਜਵਾਬ ਨਹੀਂ ਮਿਲਿਆ ਅਜੇ ਤੱਕ ਨਹੀਂ ਸਮਝ ਲਿਆ ਕਰੀ ਸਾਡੇ ਵੱਡੇ ਵੱਡੇ ਕਲਾਕਾਰ ਇਨਾਂ ਮਸਤਾਂ ਦੀ ਡੇਰਿਆਂ ਤੇ ਤੁਰੇ ਫਿਰਦੇ ਐ ਅਖੌਤੀ ਪੀਰਾਂ ਫਕੀਰਾਂ ਦੀ ਡੇਰਿਆਂ ਤੇ ਤੁਰੇ ਫਿਰਦੇ ਐ ਮੈਨੂੰ ਇਹ ਨਹੀਂ ਮੇਰੇ ਗੱਲ ਪੱਲੇ ਪੈ ਰੀ ਕਿ ਜਿਹੜੇ ਆਪ ਨਸ਼ਈ ਐ ਉਹ ਤੁਹਾਨੂੰ ਕਿੱਦਾਂ ਤੋ ਤਾਰਨਗੇ ਤੁਹਾਡਾ ਪਾਰ ਉਤਾਰਾ ਕਿੱਦਾਂ ਕਰਨਗੇ ਤੁਹਾਨੂੰ ਕਿੱਦਾਂ ਗਾਂ ਲੈ ਕੇ ਜਾਣਗੇ ਐਹੀ ਗੱਲ ਪੱਲੇ ਨਹੀਂ ਪੈ ਰੀ ਕੋਈ ਹੱਥਾਂ ਤੇ ਮਹਿੰਦੀਆਂ ਲਾਈ ਫਿਰਦਾ ਕੋਈ ਚੂੜਾ ਪਾਈ ਫਿਰਦਾ ਸੰਧੂਰ ਪਾਈ ਫਿਰਦਾ ਪੁੱਠੇ ਸਿੱਦੇ ਜੇ ਕੰਮ ਕਰੀ ਫਿਰਦੇ ਐ ਜੰਗੇ ਭੜੇ ਬੰਦੇ ਹੋ ਕੇ ਜਨਾਨੀਆਂ ਬਣ ਗਏ ਸਮਝ ਨਹੀਂ ਆ ਰਹੀ ਤੇ ਸਾਡੇ ਸਿੱਖ ਖਵਾਉਣ ਵਾਲੇ ਉਹਨਾਂ ਦੇ ਪੈਰਾਂ 'ਚ ਤੁਰੇ ਫਿਰਦੇ ਜਿਨ੍ਹਾਂ ਦੀ ਆਪਣੀ ਜੀਵਨ ਜਾਂਚ ਹੀ ਕੋਈ ਨਹੀਂ ਉਹਨਾਂ ਨੇ ਤੁਹਾਡਾ ਕੀ ਪਾਰ ਉਤਾਰਾ ਕਰਨਾ ਐਨੀ ਨਹੀਂ ਸਮਝ ਪੱਲੇ ਪੈ ਰਹੀ ਕਿ ਆਪਾਂ ਕਿਉਂ ਮੂਰਖ ਬਣੇ ਹੋਏ ਹੁਣ ਕਬੀਰ ਸਾਹਿਬ ਨੇ ਜੋ ਇਨ੍ਹਾਂ ਪਾਵਨ ਸ਼ਲੋਕਾਂ ਵਿੱਚ ਕਿਹਾ ਮੈਂ ਚਾਹੁੰਨਾ ਕਿ ਇੱਕ ਇੱਕ ਸ਼ਬਦ ਜੇ ਤੁਹਾਡੇ ਪੱਲੇ ਪੈ ਗਿਆ ਔਰ ਪੈਣਾ ਵੀ ਚਾਹੀਦਾ ਪਿਆਰਿਓ ਤੇ ਜੀਵਨ ਸਫਲ ਹੈ ਵਿਚਾਰੀਏ ਕਹਿੰਦੇ ਪਹਿਲੀ ਗੱਲ ਕੀਤੀ ਉਹਨਾਂ ਨੇ ਕਹਿੰਦੇ ਕਬੀਰ ਰੋੜਾ ਹੋਏ ਰਹੋ ਬਾਟਕਾ ਕਬੀਰ ਭਾਵ ਕਬੀਰ ਸਾਹਿਬ ਕਬੀਰ ਸਾਹਿਬ ਕਹਿੰਦੇ ਨੇ ਕਿ ਜੇਕਰ ਪ੍ਰਮਾਤਮਾ ਤੋਂ ਵਿਛੜ ਕੇ ਦੁਬਾਰਾ ਫਿਰ ਤੈਨੂੰ ਪ੍ਰਮਾਤਮਾ ਨਾਲ ਮਿਲਣ ਦਾ ਚਾਹ ਹੈ ਜਾਂ ਤਾਂ ਹੈ ਵੀ ਮੈਂ ਰੱਬ ਨਾਲ ਦੁਬਾਰਾ ਇੱਕ ਮਿਕਤਾ ਹਾਸਲ ਕਰਾਂ ਦੁਬਾਰਾ ਉਹਦੇ ਨਾਲ ਮਿਲਾਂ ਤਾਂ ਤੈਨੂੰ ਆਪਣੇ ਮਨ ਦਾ ਹੰਕਾਰ ਛੱਡ ਕੇ ਰਸਤੇ ਵਿੱਚ ਪਏ ਹੋਏ ਰੋਲੇ ਵਰਗਾ ਹੋਣਾ ਪੈਣਾ ਜਿਹੜਾ ਕਿ ਹਰੇਕ ਰਾਈ ਦੇ ਠੇਡੇ ਸਹਾਰ ਦਾ ਕੋਈ ਉਧਰ ਮਾਰ ਦਿੰਦਾ ਲੱਤ ਕੋਈ ਉਧਰ ਮਾਰ ਦਿੰਦਾ ਪੈਰ ਹੁਣ ਗੱਲ ਤਾਂ ਬੜੀ ਕਮਾਲ ਦੀ ਸੀ ਕਿ ਜੇ ਤੈਨੂੰ ਰੱਬ ਨੂੰ ਮਿਲਦਾ ਪਿਆਰ ਹੈ ਚਾਹਨਾ ਹੈ ਤਾਂਗ ਹੈ ਤਾਂ ਤੂੰ ਹੰਕਾਰ ਛੱਡ ਦੇ ਰਸਤੇ ਦੇ ਵਿੱਚ ਰੋੜਾ ਪਿਆ ਹੁੰਦਾ ਨਾ ਉਹਦੇ ਵਰਗਾ ਹੋ ਜਾ ਫਿਰ ਕਬੀਰ ਸਾਹਿਬ ਦੇ ਮਨ ਦੇ ਵਿੱਚ ਖਿਆਲ ਆਇਆ ਕਿੰਦੇ ਨਹੀਂ ਕੀ ਹੋਣਾ ਚਾਹੀਦਾ ਪਹਿਲਾ ਮੈਂ ਕੰਪਲੀਟ ਕਰ ਦਵਾ ਐਸਾ ਕੋਈ ਦਾਸ ਹੋਏ ਤਾਂ ਹੀ ਮਿਲੈ ਭਗਵਾਨ ਜੇ ਇਦਾਂ ਦਾ ਕੋਈ ਰੱਬ ਦਾ ਪਿਆਰਾ ਸੇਵਕ ਬਣ ਜਾਏ ਰੋੜੇ ਵਰਗਾ ਰਸਤੇ ਦੇ ਰੋੜੇ ਵਰਗਾ ਰਾਹ ਦੇ ਰੋੜੇ ਵਰਗਾ ਜਿਹੜਾ ਰਾਈਆਂ ਦੇ ਠੇਡੇ ਖਾਂਦਾ ਫਿਰਦਾ ਤਾਂ ਹੀ ਮਿਲੈ ਭਗਵਾਨ ਤਾਂ ਉਹਨੂੰ ਰੱਬ ਮਿਲ ਪੈਂਦਾ ਫਿਰ ਉਹਨਾਂ ਦੇ ਮਨ ਵਿੱਚ ਖਿਆਲ ਆਉਂਦਾ ਵੀ ਰੋੜਾ ਜਿਹੜਾ ਰਸਤੇ ਵਿੱਚ ਪਿਆ ਜਦੋਂ ਕਿਤੇ ਕੋਈ ਰਸਤੇ ਵਿੱਚ ਰਾਈ ਤੁਰਿਆ ਜਾਂਦਾ ਅਚਨ-ਚੇਤ ਤਾਂ ਉਹਦੇ ਪਿਆਰ ਪੈਰ ਨੂੰ ਠੇਡਾ ਵੀ ਲੱਗ ਜਾਂਦਾ ਜਦੋਂ ਠੇਡਾ ਲੱਗਦਾ ਉਹਦਾ ਨੌਵੀਂ ਲੱਤ ਜਾਂਦਾ ਉਹਦਾ ਖੂਨ ਵੀ ਵਗਦਾ ਉਹਨੂੰ ਦੁੱਖ ਵੀ ਬੜਾ ਲੱਗਦਾ ਮੈਨੂੰ ਯਾਦ ਆਪਾਂ ਛੋਟੇ-ਛੋਟੇ ਹੁੰਦੇ ਸੀ ਤੇ ਪਿੰਡਾਂ ਦੇ ਵਿੱਚ ਹਰਲ ਹਰਲ ਭੱਜੇ ਫਿਰਨਾ ਤੁਰੇ-ਫਿਰਨਾ ਕਈ ਵਾਰੀ ਪੈਰ ਨੰਗੇ ਹੁਣ ਤਾਂ 100 ਟੈਨਸ਼ਨਾਂ ਨੇ ਅੱਡੀਆਂ ਨਾਲ ਫਟ ਜਾਣ ਪੈਰਾਂ ਨੂੰ ਕਾਲਖਣਾ ਲੱਗ ਜਾਏ 100 ਟੈਨਸ਼ਨਾਂ ਜਰਾਬਾਂ ਪਾ ਪਾ ਕੇ ਤੁਰੇ ਫਿਰਨਾ ਪਰ ਉਦੋਂ ਦੀ ਗੱਲ ਕੋਈ ਹੋਰ ਹੁੰਦੀ ਸੀ ਉਦੋਂ ਟੈਨਸ਼ਨ ਨਹੀਂ ਸੀ ਹੁੰਦੀ ਨੰਗੇ ਪੈਰ ਹੀ ਗਲੀਆਂ 'ਚ ਤੁਰੇ ਫਰਨਾ ਤੇ ਗਲੀਆਂ ਵੀ ਕਿੱਦਾਂ ਦੀਆਂ ਹੁੰਦੀਆਂ ਸੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਕਈ ਵਾਰ ਰੋੜੇ ਰਾੜੇ ਰਸਤੇ 'ਚ ਪਏ ਹੋਣੇ ਤੇ ਉਹਨੂੰ ਠਾਹ ਕਰਦਾ ਪੈਰ ਵੱਜਣਾ ਤੇ ਪਤਾ ਹੀ ਉਦੋਂ ਲੱਗਣਾ ਜਦੋਂ ਨੋਂ ਉਤਰ ਜਾਣਾ ਤੇ ਫਿਰ ਲਹੂ ਲੋਹਾਨ ਹੋ ਕੇ ਨੋਂ ਲੈ ਕੇ ਘਰ ਨੂੰ ਪਹੁੰਚਣਾ ਤੇ ਚਪਲਾਂ ਵੀ ਇਦਾਂ ਤੇ ਹੁੰਦੀਆਂ ਸੀ ਵੀ 100 ਵਾਰੀ ਜੇ ਪੌਣੀਆਂ ਵੀ ਤੇ 100 ਵਾਰੀ ਉਹਦਾ ਜਿਹੜਾ ਕੀ ਬੋਲਦੇ ਉਹਨੂੰ ਸਟਾਪ ਉਹ ਅਸੀਂ ਕਦੇ ਪੋਣਾ ਨਿਕਲ ਜਾਣਾ ਫਿਰ ਪੋਣਾ ਫਿਰ ਨਿਕਲ ਜਾਣਾ ਐਦਾਂ ਦੇ ਦਿਨ ਹੁੰਦੇ ਸੀ ਐਦਾਂ ਦਿਨ ਆਪ ਦੇਖਿਆ ਖੈਰ ਮੈਨੂੰ ਯਾਦ ਆ ਗਿਆ ਕਹਿੰਦੇ ਕਬੀਰ ਸਾਹਿਬ ਕਹਿੰਦੇ ਜੇ ਰੱਬ ਨੂੰ ਮਿਲਣਾ ਹੈ ਤਾਂ ਰਸਤੇ ਵਿੱਚ ਪਏ ਹੋਏ ਰੋੜੇ ਵਰਗਾ ਹੋ ਜਾ ਫਿਰ ਸੋਚਦੇ ਨੇ ਕਿ ਰੋੜਾ ਜਦੋਂ ਕਿਸੇ ਦੇ ਪੈਰ ਨੂੰ ਵੱਜਦਾ ਹੈ ਠੋਕਰ ਲਾਉਂਦਾ ਹੈ ਤੇ ਠੇਡਾ ਲੱਗ ਕੇ ਉਹਦੇ ਪੈਰ ਨੂੰ ਜ਼ਖਮ ਵੀ ਕਰ ਦਿੰਦਾ ਹੁਣ ਕੀ ਲਿਖਦੇ ਨੇ ਸੁਣਿਓ ਕਹਿੰਦੇ ਕਬੀਰ ਰੋੜਾ ਹੂਆ ਤਾਂ ਕਿਆ ਪਿਆ ਕਹਿੰਦੇ ਜੇ ਰਾਹ ਵਿੱਚ ਪਏ ਹੋਏ ਰੋੜੇ ਵਰਗਾ ਵੀ ਹੋ ਗਿਆ ਤੇ ਪੂਰੀ ਕਾਮਯਾਬੀ ਨਹੀਂ ਮਿਲਨੀ ਪਰ ਕਿਉਂ ਕਹਿੰਦੇ ਫਾਇਦਾ ਨਹੀਂ ਪੰਥੀ ਕੋ ਦੁੱਖ ਦੇ ਪੰਥੀ ਪੰਥ ਰਸਤਾ ਪੰਥੀ ਰਸਤੇ ਤੇ ਤੁਰਨ ਵਾਲਾ ਪੰਥੀ ਕੋ ਦੁੱਖ ਦੇ ਰਸਤੇ ਉੱਤੇ ਤੁਰਨ ਵਾਲੇ ਕਿਸੇ ਇਨਸਾਨ ਨੂੰ ਠੇਡਾ ਲੱਗ ਕੇ ਉਹਦਾ ਖੂਨ ਨਿਕਲ ਨਿਕਾਲ ਦਿੰਦਾ ਹੈ ਰੋੜਾ ਉਹਨੂੰ ਦੁੱਖ ਦਿੰਦਾ ਹੈ لیکن ਜਿਹੜਾ ਰੱਬ ਦਾ ਪਿਆਰਾ ਹੈ ਉਹ ਤਾਂ ਕਿਸੇ ਨੂੰ ਦੁੱਖ ਨਹੀਂ ਦਿੰਦਾ ਮਤਲਬ ਸਮਝੋ ਕਿੰਨੀ ਬਰੀਕੀ ਨਾਲ ਗੱਲ ਸਮਝਾਈ ਕਿ ਜੇ ਤੈਨੂੰ ਰੱਬ ਨੂੰ ਮਿਲਣ ਦਾ ਪਿਆਰ ਹੈ ਤੇ ਹੰਕਾਰ ਛੱਡ ਵੀ ਦੇਂਗਾ ਤੂੰ ਐਦਾਂ ਵੀ ਜਿਵੇਂ ਕਹੇਗਾ ਵੀ ਮੈਂ ਰਸਤੇ 'ਚ ਰੋੜੇ ਵਰਗਾ ਹੋ ਗਿਆ ਜੀ ਮੈਂ ਬਹੁਤ ਨਿਮਰਤਾਵਾਣ ਮੇਰੇ 'ਚ ਬੜੀ ਹਲੀਮੀ ਹੋਗੀ ਪਰ ਜੇਕਰ ਕਿਸੇ ਦਾ ਦਿਲ ਦੁਖਾ ਰਿਆਂ ਕਿਸੇ ਨੂੰ ਜ਼ਖਮ ਦੇ ਰਿਆਂ ਕਿਸੇ ਨੂੰ ਪਰੇਸ਼ਾਨੀ ਦੇ ਰਿਆਂ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਰਿਆਂ ਕਿਸੇ ਦਾ ਕਿਸੇ ਦੇ ਘਰ 'ਚ ਕਲੇਸ਼ ਪਾਰ ਰਿਆਂ ਕਿਸੇ ਦੀ ਲਾਈਫ ਦੇ ਵਿੱਚ ਅੜਚਨ ਲਿਆ ਰਿਆਂ ਤੇ ਯਾਦ ਰੱਖੀ ਤੈਨੂੰ ਰੱਬ ਨਹੀਂ ਮਿਲਣਾ ਸਗੋਂ ਲਾਣਤਾ ਮਿਲਣਗੀਆਂ ਕਿਉਂਕਿ ਭਗਤੀ ਦੇ ਨਾਮ ਦੇ ਉੱਤੇ ਤੂੰ ਪਖੰਡ ਕਰ ਰਿਆਂ ਹੋਵੇਂਗਾ ਰੱਬ ਦਾ ਪਿਆਰਾ ਇਦਾਂ ਦਾ ਨਹੀਂ ਹੁੰਦਾ ਬੜੇ ਵੱਡੇ ਵੱਡੇ ਭਗਤ ਵੇਖੇ ਐ ਅਖਮੁੰਦੀ ਏ ਨਾਮ ਦੇ ਭਗਤ ਪਰ ਭਗਤੀ ਕੱਖ ਨਹੀਂ ਹੁੰਦੀ ਉਹਨਾਂ ਦੀ ਜੀਵਨ ਦੇ ਵਿੱਚ ਕੱਖ ਨਹੀਂ ਹੁੰਦਾ ਉਹ ਬਸ ਪਖੰਡ ਕਰਨ ਤੱਕ ਸੀਮਤ ਹੁੰਦੇ ਨੇ ਐਸਾ ਤੇਰਾ ਦਾਸ ਹੈ ਕਹਿੰਦੇ ਨਹੀਂ ਰੋੜੇ ਨਾਲ ਕੰਮ ਨਹੀਂ ਚੱਲਣਾ ਰੋੜਾ ਸਖਤ ਹੈ ਕਹਿੰਦੇ ਸਖਤ ਨਾ ਬਣੀ ਆਪਣੀ ਲਾਈਫ ਦੇ ਵਿੱਚ ਜੇ ਰੱਬ ਨੂੰ ਪਿਆਰ ਕਰਨ ਦੀ ਚਾਹ ਹੈ ਸਖਤ ਨਾ ਬਣੀ ਜ਼ਿੰਦਗੀ ਦੇ ਵਿੱਚ ਕਿਤੇ ਕਿਤੇ ਥੋੜਾ ਜਿਹਾ ਨਾ ਮੂਮ ਵਾਂਗੂ ਢਹਿਲ ਵੀ ਜਾਈਂ ਕਿਤੇ ਨਾ ਹੋਵੇ ਵੀ ਆਪਣੇ ਹੰਕਾਰ ਦੇ ਕਰਕੇ ਆਪਣੀ ਈਗੋ ਦੇ ਕਰਕੇ ਐਵੇਂ ਜ਼ਿੰਦਗੀ ਖਰਾਬ ਕਰ ਦਵੇਂ ਕਰ ਦਿੰਨੇ ਆਪਾਂ ਪਿਆਰਿਓ ਕਰ ਦਿੰਨੇ ਆ ਅਸੀਂ ਆਪਣੀ ਈਗੋ ਲੈ ਕੇ ਤੁਰਦੇ ਆ ਆਪਣਾ ਹੰਕਾਰ ਲੈ ਕੇ ਤੁਰਦੇ ਆ ਨਹੀਂ ਆਪਾਂ ਕੱਖ ਦੇਖਦੇ ਅਸੀਂ ਮੂਰਖ ਹੋ ਚੁੱਕੇ ਆ ਨਹੀਂ ਕੱਖ ਦੇਖਦੇ ਕਿਸੇ ਦੀ ਲਾਇਫ ਖਰਾਬ ਹੁੰਦੀ ਹੁੰਦੀ ਹੋਵੇ ਕਿਸੇ ਦੀ ਜ਼ਿੰਦਗੀ ਖਰਾਬ ਹੁੰਦੀ ਆਪਾਂ ਆਪਣੀ ਈਗੋ ਜੂ ਸਾਹਮਣੇ ਰੱਖਣੀ ਆਪਣੀ ਈਗੋ ਜੂ ਪਗਾਉਣੀ ਯਾਦ ਰੱਖਿਓ ਮਰ ਤਾਂ ਸਾਰਿਆਂ ਨੇ ਜਾਣਾ ਪਰ ਕਈ ਵਾਰ ਕਈ ਲੋਕਾਂ ਦੇ ਬੋਲ ਕਦੇ ਨਹੀਂ ਮਰਦੇ ਉਹਨਾਂ ਦੇ ਬੋਲ ਜਿਉਂਦੇ ਰਹਿੰਦੇ ਚੰਗੇ ਬੋਲ ਫੁੱਲਾਂ ਦਾ ਹਾਰ ਪੂੰਦਿਆ ਮਾਰੇ ਬੋਲ ਲਾਣ ਤਾਂ ਪੂੰਦਿਆ ਲਾਣ ਤਾਂ ਯਾਦ ਰੱਖਿਓ ਖੈਰ ਐਸਾ ਤੇਰਾ ਦਾਸ ਹੈ ਜਿਉ ਧਰਨੀ ਮਖੇ ਕਹਿੰਦੇ ਨਹੀਂ ਰੋੜੇ ਵਰਗਾ ਨਹੀਂ ਰੱਬ ਦਾ ਭਗਤ ਪਤਾ ਕਿਦਾਂ ਦਾ ਨਰਮ ਦਿਲ ਹੋਣਾ ਚਾਹੀਦਾ ਜਿਵੇਂ ਧਰਨੀ ਮਖੇ ਧਰਤੀ ਦੇ ਉੱਤੇ ਬਰੀਕ ਬਰੀਕ ਖੇ ਪਈ ਹੁੰਦੀ ਧੂੜ ਪਈ ਹੁੰਦੀ ਮੜੀ ਜੀ ਹਵਾ ਆਵੇ ਉੱਡਦੀ ਨਹੀਂ ਮੜੀ ਮੜੀ ਹਵਾ ਆਉਂਦੀ ਉਹ ਉੱਡ ਜਾਂਦੀ ਐ ਹਵਾ ਦੇ ਵਿੱਚ ਫੈਲ ਜਾਂਦੀ ਐ ਨਰਮ ਨਰਮ ਧੂੜ ਬਰੀਕ ਧੂੜ ਰੱਬ ਦਾ ਭਗਤ ਇਦਾਂ ਦਾ ਹੋਣਾ ਚਾਹੀਦਾ ਐ ਬਰੀਕ ਧੂੜ ਵਰਗਾ ਹੋਵੇ ਖੇ ਵਰਗਾ ਹੋਵੇ ਹੁਣ ਅੱਗੇ ਸੁਣਿਓ ਫਿਰ ਉਹਨਾਂ ਦੇ ਮਨ ਵਿੱਚ ਖਿਆਲ ਆਉਂਦਾ ਕਿ ਰੋੜਾ ਬਣ ਕੇ ਵੀ ਗੱਲ ਨਹੀਂ ਬਣੀ ਜੇ ਖੇ ਵਰਗਾ ਵੀ ਹੋ ਗਿਆ ਤੇ ਖੇ ਵੀ ਤਾਂ ਜਦੋਂ ਹਵਾ ਆਉਂਦੀ ਐ ਉੱਡਦੀ ਐ ਲੋਕਾਂ ਦੇ ਕੱਪੜਿਆਂ ਤੇ ਪੈਂਦੀ ਐ ਅੱਖਾਂ 'ਚ ਪੈਂਦੀ ਉਹ ਵੀ ਦੁੱਖ ਦਿੰਦੀ ਐ ਸੁਣਿਓ ਕਹਿੰਦੇ ਕਬੀਰ ਖੇ ਹੂ ਵੀ ਜੇ ਬਰੀਕ ਖੇ ਵਰਗਾ ਵੀ ਹੋ ਗਿਆ ਤਾਉ ਕਿਆ ਪਿਆ ਤਾਂ ਵੀ ਕਸਰ ਰਹਿ ਜਾਣੀ ਐ ਤਾਂ ਵੀ ਤੂੰ ਬਹੁਤ ਵੱਡੀ ਮਲ ਨਹੀਂ ਮਾਰੀ ਜੋ ਉੱਡ ਲੱਗੈ ਅੰਗ ਕਿਉਂਕਿ ਪੈਰਾ ਦੇ ਨਾਲ ਉੱਡ ਕੇ ਰਹੀਆਂ ਦੇ ਅੰਗਾ ਉੱਤੇ ਪੈਂਦੀ ਐ ਕੱਪੜਿਆਂ ਤੇ ਪੈਂਦੀ ਅੱਖਾਂ ਵਿੱਚ ਪੈਂਦੀ ਮਤਲਬ ਕਿ ਜੇ ਤੂੰ ਬਰੀਕ ਵੀ ਹੋ ਗਿਆ ਬਹੁਤ ਨਿਮਰਤਾਵਾਣ ਹੋ ਗਿਆ ਖੇ ਵਰਗਾ ਹੋ ਗਿਆ ਪਰ ਇੱਕ ਗੱਲ ਯਾਦ ਰੱਖੀ ਖੇ ਦੇ ਵਿੱਚ ਵੀ ਔਗਣ ਹੁੰਦਾ ਕਿਸੇ ਦੇ ਕੱਪੜੇ ਖਰਾਬ ਕਰਦੀ ਕਿਸੇ ਦੀਆਂ ਅੱਖਾਂ ਦੇ ਵਿੱਚ ਰੜਕਦੀ ਐ ਓਏ ਭਲਿਆ ਤੇਰਾ ਜੀਵਨ ਐਦਾਂ ਦਾ ਨਾ ਹੋਵੇ ਤੇਰੀ ਲਾਈਫ ਐਦਾਂ ਦੀ ਨਾ ਹੋਵੇ ਤੂੰ ਬਰੀਕੀ ਦੇ ਵਿੱਚ ਵੀ ਕਿਸੇ ਦੀ ਲਾਈਫ ਦੇ ਵਿੱਚ ਦਖਲੰਦਾ ਜੀਣਾ ਨਹੀਂ ਕਿਸੇ ਨੂੰ ਦੁੱਖ ਨਾ ਪਹੁੰਚਾਈ ਕਿਸੇ ਦੀ ਜ਼ਿੰਦਗੀ ਬਰਬਾਦ ਨਾ ਕਰੀ ਕਿਸੇ ਦੀ ਜ਼ਿੰਦਗੀ ਖਰਾਬ ਨਾ ਕਰੀ ਤੇ ਜੇ ਤੂੰ ਕਰ ਰਿਹਾ ਕੁਝ ਐਸਾ ਤੇ ਬਾਬਾ ਜੀ ਕਹਿੰਦੇ ਰੱਬ ਨਹੀਂ ਤੈਨੂੰ ਮਿਲਣਾ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ ਕਹਿੰਦੇ ਨੇ ਪਰਮਾਤਮਾ ਦਾ ਭਗਤ ਪਾਣੀ ਵਰਗਾ ਹੋਣਾ ਚਾਹੀਦਾ ਸਰਬੰਗ ਸਾਰੇ ਅੰਗਾਂ ਨਾਲ ਮੇਲ ਰੱਖਣ ਵਾਲਾ ਸਰਬੰਗ ਜਿਹੋ ਜੇ ਭਾਂਡੇ ਚ ਪਾਉ ਹੋ ਜਾਈ ਜਾਂਦਾ ਪਾਣੀ ਦੀ ਗੱਲ ਕਹਿੰਦੇ ਰੱਬ ਦਾ ਭਗਤ ਤਾਂ ਪਾਣੀ ਵਰਗਾ ਹੋਣਾ ਚਾਹੀਦਾ ਜਿੱਦਾਂ ਦੇ ਭਾਂਡੇ ਚ ਪਾਉ ਪਾਣੀ ਜਿੱਦਾਂ ਦਾ ਉਦਾਂ ਦਾ ਹੋ ਜਾਂਦਾ ਰੱਬ ਦਾ ਪਿਆਰਾ ਵੀ ਵੈਸਾ ਹੀ ਹੋਵੇ ਫੇਰ ਉਹਨਾਂ ਦੇ ਮਾਈਂਡ ਵਿੱਚ ਇੱਕ ਹੋਰ ਗੱਲ ਆਗੀ ਕਿੰਦੇ ਜੇ ਪਾਣੀ ਵਰਗਾ ਵੀ ਹੋ ਗਿਆ ਤੇ ਪਾਣੀ ਵਿੱਚ ਵੀ ਆਊਗਾ ਨੇ ਸੁਣਿਓਣ ਕਿਹੜਾ ਕਹਿੰਦੇ ਕਬੀਰ ਪਾਣੀ ਹੂਆ ਤਾਂ ਕਿਆ ਪਿਆ ਜੇ ਪਾਣੀ ਵਰਗਾ ਵੀ ਹੋ ਗਿਆ ਪਾਣੀ ਹੂਆ ਪਾਣੀ ਵਰਗਾ ਵੀ ਹੋ ਗਿਆ ਪਾਣੀ ਨਾਲ ਮੇਲ ਰੱਖ ਲਿਆ ਤਾਂ ਕਿਆ ਪਿਆ ਤਾਂ ਵੀ ਕਸਰ ਰਹਗੀ ਤਾਂ ਵੀ ਮਲ ਨਹੀਂ ਮਾਰੀ ਬਹੁਤੀ ਸੀਰਾ ਤਾਤਾ ਹੋਏ ਕਿਉਂਕਿ ਪਾਣੀ ਕਦੇ ਠੰਡਾ ਤੇ ਕਦੀ ਤਤਾ ਸੀਰਾ ਠੰਡਾ ਤਾਤਾ ਤਤਾ ਪਾਣੀ ਵਿੱਚ ਵੀ ਯੋਗ ਹਨ ਕਦੇ ਤੱਤਾ ਕਦੇ ਠੰਡਾ ਕਦੇ ਤੱਤਾ ਕਦੇ ਠੰਡਾ ਹੁੰਦਾ ਅਗਲੀ ਗੱਲ ਸੁਣਿਓ ਕਬੀਰ ਸਾਹਿਬ ਨੇ ਪਹਿਲਾਂ ਤਾਂ ਗੱਲ ਕੀਤੀ ਰੋੜੇ ਦੀ ਫਿਰ ਗੱਲ ਕੀਤੀ ਖੇ ਦੇ ਫਿਰ ਗੱਲ ਕੀਤੀ ਆ ਵੇਖੋ ਪਾਣੀ ਦੀ ਹੁਣ ਗੱਲ ਬੜੀ ਕਮਾਲ ਦੀ ਕਰਦੇ ਕਹਿੰਦੇ ਨਹੀਂ ਕੱਖ ਵੀ ਨਹੀਂ ਮੈਂ ਕਹਿ ਸਕਦਾ ਮੈਂ ਗੱਲ ਕਵਾਂਗਾ ਹਰ ਜਨ ਐਸਾ ਚਾਹੀਏ ਰੱਬ ਦਾ ਪਿਆਰਾ ਪਤਾ ਕਿਦਾਂ ਦਾ ਹੋਵੇ ਕਿਦਾਂ ਦਾ ਹੋਣਾ ਚਾਹੀਦਾ ਜੈਸਾ ਹਰ ਹੀ ਹੋਏ ਜਿੱਦਾਂ ਦਾ ਪਰਮਾਤਮਾ ਉਦਾਂ ਦਾ ਰੱਬ ਦਾ ਪਿਆਰਾ ਹੋਵੇ ਰੱਬ ਵਿੱਚ ਤੇ ਪਰਮਾਤਮਾ ਦੇ ਭਗਤ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਗਜਬ ਦੀਆਂ ਗੱਲਾਂ ਨੇ ਦੇਖੋ ਇੱਥੇ ਸਮਝਾਇਆ ਇਹ ਹੈ ਕਿ ਜੇ ਤੂੰ ਪਰਮਾਤਮਾ ਨੂੰ ਪਿਆਰ ਕਰਦਾ ਹੈ ਆਪਣੇ ਆਪ ਨੂੰ ਰੱਬ ਦਾ ਭਗਤ ਅਖਵਾਉਣਾ ਤੇ ਭੁੱਲ ਕੇ ਵੀ ਕਿਸੇ ਦੇ ਰਸਤੇ ਦਾ ਰੋੜਾ ਨਾ ਬਣੀ ਭੁੱਲ ਕੇ ਵੀ ਕਦੇ ਕਿਸੇ ਦੇ ਰਸਤੇ ਦੀ ਖੇੜਾ ਨਾ ਬਣੀ ਅੱਖਾਂ 'ਚ ਨਾ ਪਵੀ ਬਰਬਾਦੀ ਨਾ ਕਰੀ ਕਿਸੇ ਦੀ ਪੁੱਲ ਕੇ ਵੀ ਪਾਣੀ ਵਰਗਾ ਠੰਡਾ ਤੱਤਾਂ ਨਾ ਵੀ ਇੱਕਦਮ ਤੱਤੋ ਇੱਕਦਮ ਠੰਡਾ ਇੱਕਦਮ ਤੱਤਾਂ ਇੱਕਦਮ ਠੰਡਾ ਅਪਕੇਰ ਕਈ ਲੋਕ ਦੇ ਦੇ ਨਾ ਬੜੀਆਂ ਸੁਹਣੀਆਂ ਗੱਲਾਂ ਕਰੇ ਜਾਂਦੇ ਯੱਕਦਮ ਹੀ ਗਰਮ ਹੋ ਜਾਂਦੇ ਯੱਕਦਮ ਯੱਕਦਮ ਗਰਮ ਹੋਏ ਯੱਕਦਮ ਠੰਡੇ ਹੋ ਜਾਂਦੇ ਨੇ ਇਹ ਕੋਈ ਲਾਈਫ ਹੈ ਜ਼ਿੰਦਗੀ ਇਦਾਂ ਦੀ ਨਹੀਂ ਚਾਹੀਦੀ ਥੋੜਾ ਜਣਾ ਦੇਖੋ ਲਾਈਫ ਵਿੱਚ ਸਬਰ ਸੰਤੋਖ ਹੋਣਾ ਬੜਾ ਜ਼ਰੂਰੀ ਹੈ ਲਾਈਫ ਸੰਤੋਲ ਹੋਣੀ ਬੜੀ ਜ਼ਰੂਰੀ ਬਰਾਬਰਤਾ ਬੜੀ ਜ਼ਰੂਰੀ ਹੈ ਇਹ ਨਹੀਂ ਵੀ ਇਕਦਮ ਹੀ ਅਸੀਂ ਨਿਆਣੇ ਕੁੱਟਣ ਲੱਗ ਪਏ ਇਕਦਮ ਹੀ ਆਪਾਂ ਗੱਲ 'ਚ ਫਾਹ ਪਾ ਲਿਆ ਇਕਦਮ ਹੀ ਆਪਾਂ ਪੁੱਠੇ ਸਦੇ ਕੰਮ ਕਰਨ ਲੱਗ ਪਏ ਇਕਦਮ ਹੀ ਬਾਣੀ ਪੜਦਿਆਂ ਇੱਕ ਵਾਰ ਦੀ ਗੱਲ ਹੈ ਕਿਸੇ ਗੁਰੂ ਘਰ ਦੇ ਵਿੱਚ ਇੱਕ ਸਿੰਘ ਪਾਠ ਕਰ ਰਿਹਾ ਸੀ ਆਪਾਂ ਚਾਦਰਾਂ ਵਿੱਚ ਛਾ ਰਹੇ ਸੀ ਪੁਰਾਣੀ ਗੱਲ ਹੈ ਪਾਠ ਕਰਿਆ ਚਾਦਰਾਂ ਵਿੱਚ ਛਾਉਂਦੇ-ਵਿਛਾਉਂਦੇ ਇੱਕ ਸਿੰਘ ਨੇ ਕੋਈ ਗੱਲ ਕਰ ਦਿੱਤੀ ਉਹਦੇ ਨੋਰਮਲ ਤੇ ਪਾਠ ਕਰਨ ਵਾਲਾ ਪਾਠ ਵਿੱਚ ਰੋਕ ਕੇ ਕਹਿੰਦਾ ਤੁਹਾਨੂੰ ਅਕਲ ਨਹੀਂ ਤੁਹਾਨੂੰ ਪਤਾ ਨਹੀਂ ਮੈਂ ਪਾਠ ਕਰ ਰਿਹਾ ਉੱਥੇ ਇੱਕ ਬੜਾ ਪਿਆਰਾ ਸਿੰਘ ਸੀ ਉਹਨੇ ਕਿਹਾ ਬਾਬਾ ਜੀ ਬਾਣੀ ਪੜ੍ਹ ਕੇ ਵੀ ਜੇ ਤੁਹਾਡੇ ਅੰਦਰ ਸ਼ਾਂਤੀ ਨਹੀਂ ਆਈ ਤੁਸੀਂ ਸਹਿਣ ਨਹੀਂ ਕਰ ਸਕੇ ਸਾਡੀ ਇੱਕ ਗੱਲ ਆਪ ਤੁਹਾਨੂੰ ਨਹੀਂ ਕਹਿ ਰਿਹਾ ਆਪਾਂ ਨੋਰਮਲ ਗੱਲ ਕੀਤੀ ਕੀ ਫਾਇਦਾ ਕੀ ਫਾਇਦਾ ਬਾਣੀ ਪੜਨ ਵਾਲੇ ਦੇ ਵਿੱਚ ਮਨ ਵਿੱਚ ਵੀ ਦੇਖੋ ਪਾਠ ਕਰਦਿਆਂ ਕਰਦੀ ਅੱਗ ਬਬੂਲਾ ਪਾਉ ਜਾਂਨੇ ਬਾਣੀ ਪੜਦਿਆਂ ਪੜਦਿਆਂ ਅੱਗ ਬਬੂਲੇ ਹੋ ਜਾਂਨੇ ਬਾਣੀ ਨੇ ਤਾਂ ਸ਼ਾਂਤੀ ਦੇਣੀ ਤੁਸੀਂ ਇੱਕ ਕੀਰਤਨ ਸੁਣਿਆ ਸੀ ਇੱਕ ਸਿੰਘ ਦਾ ਕੀਰਤਨ ਕਰ ਰਿਹਾ ਇੱਕ ਸਿੰਘ ਉਹਦੇ ਕੋਲ ਆ ਕੇ ਇੱਕ ਬਾਬਾ ਬਹਿ ਗਿਆ ਬਜ਼ੁਰਗ ਬਹਿ ਗਿਆ ਉਹ ਕੀਰਤਨ ਮਤਲਬ ਕਰਦਾ ਕਰਦਾ ਹੀ ਪੂਰਾ ਗੁੱਸੇ ਵਿੱਚ ਆ ਜਾਂਦਾ ਕੀ ਫਾਇਦਾ ਬਾਣੀ ਸਹਜਤਾ ਦਿੰਦੀ ਜੀਵਨ ਸੋਹਣਾ ਬਣਾਉਂਦੀ ਸੋ ਜੇ ਅਸੀਂ ਰੱਬ ਨੂੰ ਮਿਲਣਾ ਤੇ ਉਹਦੇ ਲਈ ਕਿਸੇ ਉਦਾਹਰਨ ਦੀ ਲੋੜ ਨਹੀਂ ਰੱਬ ਵਰਗਾ ਹੀ ਹੋ ਜਾਂਦਾ ਹੈ ਰੱਬ ਦਾ ਭਗਤ ਜਿਹੜੇ ਅੱਜ ਦੇ ਅਖੌਤੀ ਭਗਤ ਤੁਰੇ ਫਿਰਦੇ ਸਭ ਨਕਲੀ ਹੈ ਸਭ ਨਕਲੀ ਹੁਣ ਇੱਕ ਗੱਲ ਕਮਾਲ ਦੀ ਅਖੀਰ ਤੇ ਕਹਿੰਦੇ ਨੇ ਜਿਹੜਾ ਉਹਨਾਂ ਦਾ 150 ਨੰਬਰ ਸ਼ਲੋਕ ਹੈ ਊਚ ਪਵਨ ਕਨ ਕਾਮਣੀ ਕਨ ਕਾਮਣੀ ਦੋ ਸ਼ਬਦ ਹੈ ਕਣਕ ਕਾਮਣੀ ਪਰ ਉਹਨਾਂ ਦੇ ਵਿੱਚ ਘਾਰ ਕਕਾ ਉਹਨਾਂ ਨੇ ਦੋਨੋਂ ਪਾਸੇ ਲਾ ਦਿੱਤਾ ਦੋਨੋਂ ਸ਼ਬਦ ਮਿਕਸ ਕਰ ਦਿੱਤੇ ਕਣਕ ਦਾ ਮਤਲਬ ਹੁੰਦਾ ਹੈ ਸੋਨਾ ਕਾਮਣੀ ਦਾ ਮਤਲਬ ਔਰਤ ਹੁਣ ਸੁਣਿਓ ਊਚ ਪਵਨ ਕਨ ਕਾਮਣੀ ਭਾਵ ਉੱਚੇ ਮਹਿਲ ਮਾੜੀਆਂ ਹੁਣ ਸਾਡੇ ਕੋਲ ਕਨ ਕਾਮਣੀ ਧਨ ਪਦਾਰਥ ਬਹੁਤ ਹੋਵੇ ਸੋਨਾ ਬਹੁਤ ਹੋਵੇ ਕਾਮਣੀ ਸੋਹਣੀ ਔਰਤ ਦੇ مالک ਹੋਈਏ ਸਾਡੀ ਇਸਤਰੀ ਸਾਡੀ ਵਾਈਫ ਸਾਡੀ ਔਰਤ ਵੀ ਸੋਹਣੀ ਹੋਵੇ ਸਿਖਰ ਧਜਾ ਫਹਿਰਾਏ ਧਜਾ ਭਾਵ ਝੰਡਾ ਤੇ ਸਾਡੇ ਜਿਹੜੇ ਮਹਿਲ ਨੇ ਉਹਨਾਂ ਦੇ ਸਿਖਰ ਦੇ ਉੱਤੇ ਝੰਡੇ ਝੂਲਦੇ ਹੋਣ ਇਨੀ ਸ਼ਾਨੋ ਸ਼ਕਤ ਹੋਵੇ ਤਾਂ ਤੇ ਭੜੀ ਮਧੂ ਕਰੀ ਸੰਤ ਸੰਗ ਗੁਣ ਗਾਏ ਪਰ ਕਹਿੰਦੇ ਨੇ ਜੇ ਪ੍ਰਮਾਤਮਾ ਦੇ ਨਾਮ ਤੋਂ ਖਾਲੀ ਹੈ ਉਹ ਘਰ ਪਰਮਾਤਮਾ ਦੇ ਨਾਮ ਤੋਂ ਵਿਹੂਣੇ ਉਸ ਘਰ ਵਿੱਚ ਰਹਿਣ ਵਾਲੇ ਤਾਂ ਇਸ ਸਾਰੇ ਰਾਜ ਭਾਗ ਨਾਲੋਂ ਮੰਗ ਕੇ ਲਿਆਂਦੀ ਹੋਈ ਭਿਖਿਆ 100 ਗੁਣਾ ਚੰਗੀ ਹੈ ਜੇ ਮਨੁੱਖ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੋਵੇ ਤਾਂ ਉਹ ਇਹੋ ਜਿਹੇ ਰਾਜ ਮਹਿਲਾਂ ਨਾਲੋਂ ਝੰਡਿਆਂ ਨਾਲੋਂ ਸੋਨੀਆਂ ਔਰਤਾਂ ਨਾਲੋਂ ਵਧੇ ਵਧੀਆਂ ਸੁੱਖਾਂ ਨਾਲੋਂ 100 ਗੁਣਾ ਚੰਗਾ ਭਾਵੇਂ ਉਹ ਮੰਗ ਕੇ ਵੀ ਕਿਉਂ ਨਾ ਖਾਂਦਾ ਹੋਵੇ ਪਰ ਇਹੋ ਜੇ ਰਾਜ ਭਾਗ ਤੇ ਸੁੱਖਾਂ ਨਾਲੋਂ ਹਜ਼ਾਰਾਂ ਗੁਣਾ ਚੰਗਾ ਸੋ ਪਿਆਰਿਓ ਗੱਲ ਤਾਂ ਕੱਲੀ ਇੰਨੀ ਕੁ ਐ ਕਿ ਆਪਾਂ ਆਪਣੀ ਜ਼ਿੰਦਗੀ ਨੂੰ ਉਹਦੇ ਲੇਖੇ ਲਾਈਏ ਤੇ ਜੋ ਕਿਹਾ ਜਾਂਦਾ ਗੁਰਬਾਣੀ ਵਿੱਚ ਉਹਨੂੰ ਪ੍ਰਵਾਨ ਚੜਾਈਏ ਆਪਣੀ ਜ਼ਿੰਦਗੀ ਦੇ ਵਿੱਚ ਤੇ ਗੁਰਬਾਣੀ ਦੇ ਸ਼ਬਦਾਂ ਨੂੰ ਇੱਕ ਇੱਕ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਹਾਰ ਬਣਾਈਏ ਸੋ ਆਓ ਇਨ੍ਹਾਂ ਗੱਲਾਂ ਨੂੰ ਜੀਵਨ ਵਿੱਚ ਧਾਰੀਏ ਪੁੱਲ ਚੁੱਕ ਦੀ ਖਿਮਾ ਸਤਿਗੁਰੂ ਨੇ ਦਇਆ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਵੀ ਹਾਜ਼ਰੀਆਂ ਲਵਾਉਂਦੇ ਰਹਾਂਗੇ ਬਾਬਾ ਕਬੀਰ ਸਾਹਿਬ ਦੇ 150 ਸ਼ਲੋਕਾਂ ਤੱਕ ਵਿਚਾਰ ਕੰਪਲੀਟ ਹੋਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ